ਸਾਰਿਆਂ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਆਹ ਵਾਲੇ ਟੋਪ ਦੀ ਜਿਹੜੀ ਡਿਜ਼ਾਇਨ ਆ ਇਹ ਬਣਾਉਣਾ ਦੱਸਦੀ ਹਾਂ। ਇਹ ਵੀ ਮੇਰੇ ਆਪਣੇ ਵਿਊਵਰ ਜਿਨ੍ਹਾਂ ਨੇ ਮੈਨੂੰ ਪਿੱਕ ਭੇਜੀ ਸੀ ਕਿ ਸਾਨੂੰ ਆਹ ਵਾਲਾ ਡਿਜ਼ਾਇਨ ਬਣਾ ਕੇ ਦੱਸੋ। ਇਹਦੇ ਵਾਸਤੇ ਆਪਾਂ ਜਦੋਂ ਵੀ ਫੰਦੇ ਪਾਉਣੇ ਚਾਰ ਚਾਰ ਫੰਦਿਆਂ ਦੇ ਹਿਸਾਬ ਨਾਲ ਫੰਦੇ ਪਾਵਾਂਗੇ, ਚਾਰ ਸਿਲਾਈਆਂ 'ਚ ਹੀ ਆਪਣਾ ਇਹ ਡਿਜ਼ਾਇਨ ਜਿਹੜਾ ਕੰਪਲੀਟ ਹੋ ਜੂਗਾ। ਬਹੁਤ ਹੀ ਪਿਆਰਾ ਵੇਖੋ ਡਿਜ਼ਾਇਨ ਬਣ ਕੇ ਤਿਆਰ ਹੋਇਆ ਹੈ। ਹੁਣੇ ਮੈਂ ਤੁਹਾਨੂੰ ਬਣਾ ਕੇ ਦੱਸਦੀ ਹਾਂ ਆਪਾਂ ਇਹਨੂੰ ਕਿਵੇਂ ਬਣਾਉਣਾ ਹੈ। ਇਹਦੇ ਵਾਸਤੇ ਵੇਖੋ ਪਹਿਲਾਂ ਦੋ ਫੰਦੇ ਆਪਾਂ ਸਿੱਧੇ ਬਣਾਵਾਂਗੇ, ਦੋ ਫੰਦੇ ਸਿੱਧੇ ਆਪਣੇ ਵਾਲੇ ਧਾਗਾ ਕਰਕੇ ਆਪਾਂ ਇੱਦਾਂ ਦੋ ਦਾ ਇੱਕ ਕਰਾਂਗੇ। ਇੱਥੇ ਜਾਲੀ ਪੈ ਗਈ ਆ, ਦੋ ਦਾ ਇੱਕ ਹੋ ਗਿਆ। ਫਿਰ ਦੋ ਫੰਦੇ ਸਿੱਧੇ, ਫਿਰ ਧਾਗਾ ਕਰਕੇ ਦੋ ਫੰਦੇ ਸਿੱਧੇ, ਫਿਰ ਜਾਲੀ ਪਾ ਕੇ ਇਹਦਾ ਦੋ ਫੰਦਿਆਂ ਦਾ ਆਪਾਂ ਇੱਕ ਫੰਦਾ ਕਰਾਂਗੇ। ਫਿਰ ਦੋ ਫੰਦੇ ਸਿੱਧੇ, ਜਾਲੀ ਪਾ ਕੇ ਦੋ ਫੰਦਿਆਂ ਦਾ ਇੱਕ ਫੰਦਾ, ਦੋ ਫੰਦੇ ਸਿੱਧੇ, ਜਾਲੀ ਪਾ ਕੇ ਇਸ ਤਰੀਕੇ ਦੋ ਫੰਦਿਆਂ ਦਾ ਇੱਕ ਫੰਦਾ। ਬਹੁਤ ਹੀ ਜਿਹੜਾ ਸੌਖਾ ਡਿਜ਼ਾਇਨ ਹੈ ਇਹ। ਹੁਣ ਆਪਾਂ ਉਲਟੀ ਸਿਲਾਈ 'ਤੇ ਆ ਗਏ। ਡਿਜ਼ਾਇਨ ਦੀ ਆਪਾਂ ਤੀਸਰੀ ਸਿਲਾਈ 'ਤੇ ਆ ਗਏ। ਪਹਿਲੇ ਦੋ ਫੰਦੇ ਸਿੱਧੇ, ਪਹਿਲਾਂ ਹੁਣ ਆਪਾਂ ਜਾਲੀ ਪਾ ਕੇ ਦੋ ਦਾ ਇੱਕ ਕੀਤਾ ਸੀ, ਹੁਣ ਆਪਾਂ ਇੱਥੋਂ ਇੱਦਾਂ ਦੋ ਦਾ ਇੱਕ ਕਰਕੇ ਫਿਰ ਆਪਾਂ ਜਾਲੀ ਪਾਵਾਂਗੇ। ਜਾਲੀ ਪਾ ਕੇ ਫਿਰ ਦੋ ਫੰਦੇ ਆਪਣੇ ਸਿੱਧੇ, ਵੇਖੋ ਫਿਰ ਆ ਜਾਲੀ ਵਾਲਾ ਫੰਦਾ, ਤਾਂ ਫੰਦੇ ਨੂੰ ਆਪਾਂ ਦੋ ਦਾ ਇੱਕ ਕਰਾਂਗੇ, ਫਿਰ ਜਾਲੀ ਪਾਵਾਂਗੇ। ਫਿਰ ਇਹਨਾਂ ਨੂੰ ਦੋ ਦਾ ਇੱਕ ਕੀਤਾ, ਫਿਰ ਜਾਲੀ ਪਾ ਕੇ ਦੋ ਫੰਦੇ ਆਪਣੇ ਸਿੱਧੇ, ਦੋ ਦਾ ਇੱਕ ਕੀਤਾ, ਜਾਲੀ ਪਾ ਕੇ ਦੋ ਫੰਦੇ ਸਿੱਧੇ, ਦੋ ਦਾ ਇੱਕ ਕਰਾਂਗੇ, ਜਾਲੀ ਪਾ ਕੇ ਲਾਸਟ ਵਾਲੇ ਫੰਦੇ ਆਪਣੇ ਸਿੱਧੇ। ਹੁਣ ਆਪਾਂ ਡਿਜ਼ਾਇਨ ਦੀ ਚੌਥੀ ਸਿਲਾਈ 'ਤੇ ਆ ਗਏ। ਉਲਟੇ ਪਾਸਿਓਂ ਆਪਣੀਆਂ ਪੂਰੀਆਂ ਸਿਲਾਈਆਂ ਇਸ ਤਰੀਕੇ ਉਲਟੀਆਂ ਬੰਨੀਆਂ ਵਾ। ਇਹੀ ਚਾਰ ਸਿਲਾਈਆਂ ਦਾ ਇਹ ਡਿਜ਼ਾਇਨ ਆ। ਇੱਕ ਵਾਰ ਮੈਂ ਤੁਹਾਨੂੰ ਦੋ ਸਿਲਾਈਆਂ ਫਿਰ ਰਿਪੀਟ ਕਰ ਦਿੰਦੀ ਹਾਂ। ਦੋ ਫੰਦੇ ਸਿੱਧੇ, ਜਾਲੀ ਪਾ ਕੇ ਦੋ ਫੰਦਿਆਂ ਦਾ ਇੱਕ ਫੰਦਾ, ਫਿਰ ਦੋ ਫੰਦੇ ਸਿੱਧੇ, ਫਿਰ ਜਾਲੀ ਪਾ ਕੇ ਦੋ ਫੰਦਿਆਂ ਦਾ ਇੱਕ ਫੰਦਾ, ਦੋ ਫੰਦੇ ਸਿੱਧੇ, ਜਾਲੀ ਪਾ ਕੇ ਦੋ ਫੰਦਿਆਂ ਦਾ ਇੱਕ ਫੰਦਾ, ਦੋ ਫੰਦੇ ਸਿੱਧੇ, ਹੁਣ ਪਹਿਲਾਂ ਆਪਾਂ ਦੋ ਦਾ ਇੱਕ ਕਰਨਾ ਹੈ, ਫਿਰ ਜਾਲੀ ਪਾਉਣੀ ਹੈ। ਇੱਕ ਇੱਕ ਸਿਲਾਈ 'ਤੇ, ਪਹਿਲੀ ਸਿਲਾਈ 'ਤੇ ਆਪਾਂ ਜਾਲੀ ਪਾ ਕੇ ਦੋ ਦਾ ਇੱਕ ਕਰਨਾ ਵਾ, ਦੂਸਰੀ ਸਿਲਾਈ 'ਤੇ ਆਪਾਂ ਦੋ ਦਾ ਇੱਕ ਕਰਕੇ ਫਿਰ ਜਾਲੀ ਪਾਉਣੀ ਹੈ। ਫਿਰ ਆ ਵੇਖੋ ਦੋ ਦਾ ਇੱਕ ਕੀਤਾ, ਫਿਰ ਜਾਲੀ ਪਾ ਕੇ ਦੋ ਫੰਦੇ ਆਪਣੇ ਸਿੱਧੇ, ਇਸ ਤਰੀਕੇ ਆਪਣਾ ਜਿਹੜਾ ਡਿਜ਼ਾਇਨ ਬਣ ਜਾਣਾ ਹੈ। ਬਹੁਤ ਹੀ ਸੌਖਾ ਅਤੇ ਵਧੀਆ ਡਿਜ਼ਾਇਨ ਆ। ਇਸ ਤਰੀਕੇ ਆਪਣਾ ਇਹ ਚਾਰ ਸਿਲਾਈਆਂ ਜਿਹੜੀਆਂ ਬਾਰ ਬਾਰ ਆਪਾਂ ਰਿਪੀਟ ਕਰਦੇ ਜਾਣਾ ਅਤੇ ਇੱਕ ਸ਼ਾਨਦਾਰ ਡਿਜ਼ਾਇਨ ਤਿਆਰ ਕਰਦੇ ਜਾਣਾ। ਇਸ ਤਰ੍ਹਾਂ ਨਵੇਂ ਨਵੇਂ ਡਿਜ਼ਾਇਨ ਸਿੱਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ।